ਸੋ ਹੈਲੋ ਜੀ, ਵੈਲਕਮ ਟੂ ਮਾਈ ਯੂਟਿਊਬ ਚੈਨਲ ਵਿਲੇਜ ਕਪਲ ਬਲੌਗ ਚੈਨਲ 'ਤੇ ਤੁਹਾਡਾ ਸਵਾਗਤ ਹੈ। ਸੋ ਦੇਖੋ ਆਪਾਂ ਤਾਂ ਜੀ, ਮੈਂ ਦੇਖੋ ਰੈਡੀ ਸਟੈਡੀ ਹੋ ਕੇ ਤਿਆਰ, ਪਵਨ ਰੇ ਤਿਆਰ ਹੋਣ, ਆਪਾਂ ਚੱਲੇ ਜੀ ਰਮਦਾਸ ਮੱਥਾ ਟੇਕਣ, ਬਾਬੇ 'ਤੇ ਮੱਥਾ ਟੇਕ ਟੋਕ ਕੇ ਆਵਾਂਗੇ ਜੀ। ਤੁਹਾਨੂੰ ਉੱਥੇ ਦਾ ਵੀ ਦਿਖਾਵਾਂਗੇ ਜੀ, ਟਾਈਮ ਮਿਲਿਆ ਫਿਰ ਦਿਖਾਉਂਗੇ। ਇਹ ਨਾ ਕਿਹੋ ਕਿ ਤੁਸੀਂ ਉੱਧਰ ਦਾ ਬਲੌਗ ਪਾਇਆ ਜਾਂ ਨਹੀਂ ਪਾਇਆ, ਪਰ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ, ਉੱਧਰ ਦਾ ਵੀ ਦਿਖਾਵਾਂਗੇ। ਸੋ ਅੱਜ ਪਵਨ ਘਰ ਆ, ਤਾਂ ਕੀ ਪਤਾ ਬਲੌਗ ਥੋੜ੍ਹਾ ਲੰਬਾ ਹੀ ਆ ਜੇ, ਕੋਈ ਗੱਲ ਨਹੀਂ, ਨੋ ਚੱਕਰ। ਬਾਬਾ ਬੁੱਢਾ ਸਾਹਿਬ ਜੀ ਕਰੋ ਦਰਸ਼ਨ, ਆਏ ਬਹੁਤ ਰਸ਼ ਹੈ ਬਾਬਾ ਬੁੱਢਾ ਸਾਹਿਬ। ਵੇਖੋ ਕਿੰਨਾ ਰਸ਼ ਹੈ ਅੱਜ ਬਾਬਾ ਬੁੱਢਾ ਸਾਹਿਬ ਦੇ ਭਲੇ ਵਾਸਤੇ ਵੀ ਅਰਦਾਸ ਬੇਨਤੀ ਕਰਵਾਈ ਹੈ। ਸੁਆਗੀ ਦਾ ਵਾਰੋਵਾਰੀ ਨਾਮ ਕੀਤਾ ਜਾਣਾ ਹੈ। ਆਰੰਭ ਹੋ ਕੇ ਹੁਕਮਨਾਮੇ ਜੋ ਗੁਰੂ ਘਰ ਵਾਲਾ ਬਲ ਕੇ ਸਿਰ ਪਾਓ ਪਛਾਣ ਲੈ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ 'ਤੇ ਪਹੁੰਚ ਚੁੱਕੇ ਹਾਂ ਜੀ ਆਪਾਂ ਰਮਦਾਸ। ਵਾਹਿਗੁਰੂ ਜੀ, ਬੇਨਤੀ ਹੈ ਜਿਹੜੇ ਪ੍ਰੇਮੀਆਂ ਦੇ ਨਾਮ ਅਨਾਊਂਸ ਕੀਤੇ ਜਾਂਦੇ ਹੈ, ਉਹਨਾਂ ਨੂੰ ਬੇਨਤੀ ਹੈ ਕਰੋ ਦਰਸ਼ਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਰਮਦਾਸ ਪਹੁੰਚੇ ਹਾਂ ਜੀ, ਕਰੋ ਦਰਸ਼ਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ। ਰਮਦਾਸ ਅੱਜ ਬਹੁਤ ਰਸ਼ ਦੇਖੋ ਰਾਮਦਾਸ ਗੁਰੂ ਨੇ ਬਾਬਾ। ਸੋ ਦੇਖੋ ਰਸ਼ ਕਿੰਨਾ ਆ ਇੱਥੇ, ਚਲੋ ਬਸ ਇੱਦਾਂ ਬਹਿ ਕੇ ਬਣਾਓ ਨਾ, ਫਿਰ ਦੇਖਦੇ ਰਹਿੰਦੇ। ਇੱਡੇ ਸੋਹਣੇ ਫਰੋਕ ਵਗੈਰਾ ਲੱਗੇ ਆ ਨਾ, ਇੱਥੇ ਉੱਤਰ ਜਾ, ਉੱਤਰ ਕੇ ਬਣਾਵਾਂਗੇ। ਕਰੋ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਦੇ, ਸਰਬੱਤ ਦੇ ਭਲੇ ਵਾਸਤੇ ਵੀਰ ਦੀ ਅਰਦਾਸ ਕਰਾਉਂਦੇ ਨੇ ਬਾਬਾ ਜੀ, ਚੜ੍ਹਦੀ ਕਲਾ ਦੀ ਦਾਸ ਬਖਸ਼ੇ, ਸਰਬੱਤ ਨੂੰ ਤੰਦਰੁਸਤੀਆਂ ਦਾ ਕੰਮ ਕਰੇ। ਆ
ਮਨ ਦੀਆਂ ਆਸਾਂ, ਮਨ ਦੀਆਂ ਭਾਵਨਾਵਾਂ ਬਾਬਾ ਜੀ ਪੂਰੀਆਂ ਕਰਨੀਆਂ ਹੁੰਦੀਆਂ ਨੇ ਆਸਾਂ ਪੂਰੀਆਂ ਬਾਬੇ ਬੁੱਢੇ ਜੀ ਦਾ ਸੁੰਦਰ ਦੁਆਰਾ ਬਾਬਾ ਜੀ ਕਿਰਪਾ ਕਰਨੀ। ਜੋ ਵੀ ਜੀਵ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਦੇ ਦਰਬਾਰ ਦੇ ਵਿੱਚ ਆ ਕੇ ਮੰਗਦੇ ਨੇ, ਸਭ ਦੀਆਂ ਆਸਾਂ, ਸਭ ਦੀਆਂ ਭਾਵਨਾਵਾਂ ਪੂਰੀਆਂ। ਬੇਨਤੀ ਹੈ ਕਿ ਜਿਨ੍ਹਾਂ ਵੀ ਸੰਗਤਾਂ ਨੇ ਸਤਿਕਾਰਯੋਗ ਬਾਬਾ ਜੀ ਨੂੰ ਮਿਲਣਾ, ਬਾਬਾ ਜੀ ਦੇ ਨਾਲ ਬਚਨ ਵਾਸ ਕਰਨੇ ਨੇ, ਜਨਮ ਸਤਾਰਾਂ ਸਜਾਉਣੇ ਹੈ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪੰਡਾਲ ਦੇ ਸਤਿਕਾਰਯੋਗ ਬਾਬਾ ਜੀ ਬੈਠ ਕੇ ਆਪ ਸੰਗਤਾਂ ਨੂੰ ਸੇਵਾ ਵਧਾਏ ਨੇ। ਸੋ ਬਾਬਾ ਜੀ ਦੇ ਨਾਲ ਜਿਸ ਵੀ ਕਿਸੇ ਨੇ ਕੋਈ ਵੀ ਬਚਨ ਵਾਸ ਕਰਨਾ ਹੈ, ਚਾਹੇ ਬੱਚਿਆਂ ਦੇ ਨਾਮ ਬਣਾਉਣੇ ਨੇ, ਬੱਚਿਆਂ ਨੂੰ ਸਤਿਕਾਰਾਂ ਸਜਾਉਣੇ ਹੈ, ਸਮੂਹ ਸੰਗਤਾਂ ਮਹਾਰਾਜ ਪਰਸ ਕਰੋ, ਰਹਿਮਤ ਕਰੋ, ਪੁੱਤਰ ਦੀ ਮੱਸਿਆ ਤੋਂ ਵਾਂਝੇ ਨਾ ਜਾਣਾ, ਝੋਲੀਆਂ ਭਰ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਚੜ੍ਹਦਾ। ਇਹੋ ਜੀ ਭੋਲੇ ਨਾਥ ਦਾ ਮੰਦਰ ਵੀ ਹੈਗਾ ਇੱਥੇ, ਮੈਂ ਦੇਖਣ ਆਈ ਹਾਂ ਸ਼ਿਵਲਿੰਗ 'ਤੇ, ਸ਼ਿਵਲਿੰਗ ਬਣਾਉ ਭੋਲੇ ਨਾਥ ਦੀ, ਦੇਖੋ ਮਾਤਾ ਜੀ ਕਿੰਨਾ ਸੋਹਣਾ ਮੰਦਰ ਹੈ, ਮੱਥਾ ਟੇਕਣ ਆਇਆ। ਅੱਗੇ ਵੀ ਮੰਦਰ ਬਣਿਆ ਨਾ, ਉੱਥੇ ਲੰਗਰ ਭਾਂਡਿਆ ਨਾ ਬਸ ਕਰਾਂ ਹੁਣ। ਸੋ ਆਪਾਂ ਆ ਗਏ ਜੀ ਮੱਥਾ ਟੇਕ ਕੇ ਰਮਦਾਸ ਹੋਂ, ਅਤੇ ਆ ਗਏ ਪਵਨ ਪੈ ਗਏ ਲੰਮੇ, ਅਤੇ ਗਰਮੀ ਬਹੁਤ ਲੱਗੀ ਸਾਨੂੰ ਉੱਥੇ, ਧੁੱਪ ਕਿਤੇ ਇੰਨੀ ਧੁੱਪ ਆ ਕੋਈ ਹਿਸਾਬ ਨਹੀਂ, ਮੇਰੇ ਦੇ ਸਿਰ ਪੀੜ ਹੋ ਗਿਆ ਨਾਲੇ, ਤੇਹ ਬੜੀ ਲੱਗਦੀ ਪਈ ਸੀਗੀ। ਸੋ ਪਵਨ ਲੰਮੇ ਪੈ ਗਿਆ, ਹੁਣ ਕਹਿੰਦਾ ਮੈਨੂੰ ਤੂੰ ਸੁਸਤੀ ਜੀ ਆਉਣ ਨਹੀਂ, ਮੈਂ ਕੋਈ ਗੱਲ ਨਹੀਂ ਤੁਸੀਂ ਲੰਮੇ ਪੈ ਜਾਓ। ਸੋ ਮੈਂ ਬਲੌਗ ਦਾ ਐਂਡ ਕਰ ਦਿੰਦੀ ਹਾਂ, ਕੋਈ ਟੈਨਸ਼ਨ ਨਹੀਂ, ਅਤੇ ਸੋ ਜੀ ਹੁਣ ਕਰਦੀ ਹਾਂ ਬਲੌਗ ਦਾ ਐਂਡ, ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ 'ਚ। ਜੇ ਤੁਸੀਂ ਸਾਡੇ ਚੈਨਲ 'ਤੇ ਨਿਊ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਬੈਲ ਆਈਕਨ ਦੀ ਘੰਟੀ ਨੂੰ ਜ਼ਰੂਰ ਦਬਾਇਓ। ਮਿਲਦੇ ਹਾਂ ਨੈਕਸਟ ਬਲੌਗ 'ਚ, ਬਾਏ ਬਾਏ।